ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਜਾਣੀ ਜਾਂਦੀ ਹੈ। ਹੁਣ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਸ਼ਹੇਟਾ ਸਾਹਿਬ ਇਲਾਕੇ ਦੀ SHO ਰਾਜਵਿੰਦਰ ਕੌਰ ਤੇ ਇਲਜ਼ਾਮ ਲੱਗੇ ਹਨ ਕਿ ਉਸ ਵੱਲੋਂ ਇੱਕ ਯੁਵਕ ਤੇ ਝੂਠਾ ਕੇਸ ਬਣਾਇਆ ਗਿਆ ਹੈ। ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਇੱਕ ਕੈਦੀ ਨੇ ਖੁਦਕੁਸ਼ੀ ਕਰ ਲਿੱਤੀ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ SHO ਰਾਜਵਿੰਦਰ ਕੌਰ ਵੱਲੋਂ ਉਹਨਾਂ ਦੇ ਲੜਕੇ ਉੱਪਰ ਝੂਠਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ। ਪਰਿਵਾਰ ਦੇ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ SHO ਰਾਜਵਿੰਦਰ ਕੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਨਰਿੰਦਰ ਕੌਰ ਇਹ ਮੁੰਡਾ ਨੂੰ ਰਾਜਵਿੰਦਰ ਕੌਰ ਮੈਡਮ ਨੇ ਫੜਿਆ ਸੀ, 10 ਨੰਬਰੀ ਪਰਚਾ ਕੱਟਿਆ ਸੀ। ਮੁੰਡਾ ਜੇਲ੍ਹ 'ਚ ਮਹੀਨਾ ਹੋ ਗਿਆ ਵਾ, ਕੋਈ ਖਾਂਦਾ ਪੀਂਦਾ ਨਹੀਂ ਸੀ। ਸਵੇਰੇ ਇਹਨਾਂ ਨੇ ਜੇਲ੍ਹ ਦੇ ਵਿੱਚ ਡੈਥ ਹੋ ਗਈ ਉਹਦੀ। ਸਵੇਰੇ ਮੁਲਾਜ਼ਮਾਂ ਨੇ ਇੱਥੇ ਕੁਝ ਮੁਲਾਜ਼ਮਾਂ ਨੇ ਇੱਥੇ ਭਰਤੀ ਕਰਾ ਦਿੱਤਾ ਪੋਸਟਮਾਰਟਮ ਵਾਸਤੇ, ਸਾਨੂੰ ਮੁਲਾਜ਼ਮਾਂ ਨੇ ਕੁਝ ਨਹੀਂ ਦੱਸਿਆ। ਇਹ ਮਸਲਾ ਆ, ਰਾਜਵਿੰਦਰ ਇੰਸਪੈਕਟਰ ਲੱਗੀ ਉੱਥੇ ਛਾੜੇ, ਉਹ ਆਈ ਸਾਡੇ ਕੋਲ ਗੇੜੇ ਮਾਰਦੀ, ਮੁੰਡਾ ਪੇਸ਼ ਕਰੋ। ਮੈਂ ਮੁੰਡਾ ਉਹਨੂੰ ਮਿਲਾ ਦਿੱਤਾ, ਲੈ ਗਿਆ ਥਾਣੇ। ਇਹਨੇ ਮੁੰਡੇ ਦੇ ਕਲੰਦਰਾਂ 110 ਦਾ ਪਾ ਕੇ ਤੇ ਇਹਨੇ ਜੇਲ੍ਹ 'ਚ ਘੱਲਤਾ। 14 ਤਰੀਕ ਨੂੰ ਘੱਲਤਾ ਇਹਨੇ ਜੇਲ੍ਹ 'ਚ ਮੁੰਡਾ। ਅੱਜ ਮੇਰਾ ਮਰ ਗਿਆ ਨਾ, ਰਾਤ ਦਾ ਹੀ ਮਾਰ ਕੇ ਇੱਥੇ ਸੁੱਟ ਗਏ ਅੱਜ। 14 ਤਰੀਕ ਨੂੰ ਖੜਿਆ ਇਹਨਾਂ ਘਰੋਂ, ਮੈਂ ਆਪ ਛੱਡ ਕੇ ਆਇਆ। ਅੱਜ ਅਸੀਂ ਤੇ ਲੈ ਗਏ ਨੀ, ਮੁਲਾਜ਼ਮ ਹੀ ਇੱਥੇ ਸੁੱਟ ਗਏ ਨੇ, ਮਰੇ ਨੂੰ ਜੇਲ੍ਹੋਂ ਲਿਆ ਕੇ ਮਰੇ ਨੂੰ ਸੁੱਟ ਕੇ। ਹਾਂਜੀ ਫੋਨ ਆਇਆ ਜੇਲ੍ਹੋਂ, ਤੁਹਾਡਾ ਮੁੰਡਾ ਖਤਮ ਜੇ। ਮੁਲਾਜ਼ਮ ਸੁੱਟ ਗਏ, ਭੱਜ ਗਏ, ਸਾਨੂੰ ਲੱਭੇ ਨੀ ਕਿਹੜੇ ਮੁਲਾਜ਼ਮ ਆ, ਸਾਨੂੰ ਤੇ ਪਤਾ ਨੀ ਕਿਹੜੇ ਆ। ਮੁੰਡਾ ਸੁੱਟ ਕੇ ਭੱਜ ਗਏ ਉੱਤੇ, ਅਸੀਂ ਰਾਜਵਿੰਦਰ ਤੇ ਪਰਚਾ ਹੋਣਾ ਚਾਹੀਦਾ। ਸਾਡਾ ਨਜਾਇਜ਼ ਮੁੰਡਾ ਮਾਰਿਆ, ਕੁਝ ਫੜਿਆ ਨੀ, ਫੜਾਇਆ ਨੀ ਆ। ਬੇਟੇ ਨੂੰ ਇਹਨਾਂ ਮਾਰਤਾ ਜੇ, ਮਾਰ ਕੇ ਸਾਨੂੰ ਸੁੱਟ ਕੇ ਆ। ਮੁੜ ਕੇ ਫੋਨ ਕੀਤਾ ਇਹਨਾਂ ਨੇ ਵੀ ਤੁਹਾਡਾ ਮੁੰਡਾ ਅਸੀਂ ਹਸਪਤਾਲ ਲਿਆਂਦਾ ਏ। ਹਾਏ ਸਾਡੇ ਘਰ ਗੇੜੇ ਮਾਰਦੇ ਸੀ ਮੁਲਾਜ਼ਮ, ਕਹਿੰਦੇ ਮੁੰਡਾ ਪੇਸ਼ ਕਰਾਓ ਛਿਆਡੇ ਥਾਣੇ ਦੇ। ਕਹਿੰਦੇ ਅਸੀਂ ਵੀ ਮੁੰਡਾ ਪੇਸ਼ ਕਰਾਓ, ਅਸੀਂ ਪੇਸ਼ ਕਰਾ ਤਾ। ਇਹਦਾ ਪਿਓ ਛੱਡਣ ਗਿਆ, ਕਹਿੰਦੀ ਵੀ ਮੱਥੇ ਲਵਾ ਕੇ ਤੁਹਾਨੂੰ ਛੱਡ ਦੇਣਾ ਏ। ਇਹਨਾਂ ਪੜ੍ਹ ਕੇ ਪਰਚਾ ਦੇ ਤਾ, ਪਰਚਾ ਦੇ ਕੇ ਕਲੰਦਰਾ ਪਾ ਤਾ। ਸਾਰੇ ਮੁੰਡੇ ਜਿਹੜੇ ਇਹਨਾਂ ਨਾਲ ਸੀ ਫੜੇ, ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ। ਸਾਡੇ ਮੁੰਡੇ ਦੇ ਪਤਾ ਨਹੀਂ ਕੀ ਲਿਖਤਾ, ਉਹ ਜ਼ਮਾਨਤ ਨਹੀਂ ਹੋਈ। ਅੱਜ ਜਮਾਤੀ ਜੱਜ ਵੀਰ, ਹਾਂਜੀ ਹਾਂ, ਫੋਨ ਆਇਆ ਸੀ ਜੇ ਕਿਸੇ ਮੁੰਡੇ ਨੇ ਕੀਤਾ ਸੀ, ਕਹਿੰਦੇ ਵੀ ਤੁਹਾਡਾ ਜੱਜ ਮੁੱਕ ਗਿਆ ਜੇ, ਉਹ ਛੱਡਣ ਗਏ ਜੀ ਉੱਥੇ। ਹਾਂਜੀ ਮੰਗ ਹੀ ਕਰਦੇ ਹਾਂ, ਇਹਨਾਂ ਪੁਲਿਸ ਵਾਲਿਆਂ ਦਾ ਠੇ ਹੋ ਜੇ, ਪੁਲਿਸ ਵਾਲਿਆਂ ਦੇ ਬੱਚੇ ਮਰ ਜਾਣ ਪੁਲਿਸ ਵਾਲਿਆਂ ਦੇ ਵੀ, ਜਿੱਦਾਂ ਸਾਡਾ ਮੁੰਡਾ ਮਰਿਆ ਉਹਨਾਂ ਇੱਦਾਂ ਹੀ ਉਹਨਾਂ ਦੇ ਮਰਨਾ, ਇੱਦਾਂ ਹੀ ਉਹਨਾਂ ਦੇ ਮਰਨਾ। ਛਾੜੇ ਠਾਣੇ ਰਾਜਵਿੰਦਰ ਮੈਡਮ ਆਈ ਹੈ ਕੋਈ SHO, ਠੀਕ ਹੈ ਜੀ, ਅਤੇ ਉਹਨੇ ਕਿਹਾ ਸੀ ਕਿ ਇਹਨੂੰ ਮੇਰੇ ਮੱਥੇ ਲਾਓ, ਠੀਕ ਹੈ, ਮਾੜਾ ਚੰਗਾ ਕੰਮ ਕਰਦਾ ਹੋਊਗਾ, ਅਤੇ ਉਹਨੇ ਕਿਹਾ ਸੀ ਕਿ ਮੇਰੇ ਮੱਥੇ ਲਾਓ, ਮੈਂ ਇੱਕ ਵਾਰੀ ਉਹਨੂੰ ਕਹਿਣਾ ਵਾ ਕਿ ਤੂੰ ਹਟ ਜਾ। ਅਤੇ ਅਸੀਂ ਮੇਰੇ ਡੈਡੀ ਜੀ ਹੋਣੀ ਅਤੇ ਅਸੀਂ ਗਏ ਉਹਨੂੰ ਲੈ ਕੇ ਉੱਥੇ, ਉਹਦੇ ਮੱਥੇ ਲਾਇਆ ਅਤੇ ਇਹਨੇ ਉਹਨੂੰ ਉੱਥੇ ਬਹਾਨੇਣਾ ਬਹਾ ਲਿਆ ਵਾ ਕਿ ਇੱਥੇ ਬਹਾ ਲਓ। ਅਤੇ ਬਾਅਦ ਦੇ ਵਿੱਚ ਅਸੀਂ ਉਹਨੂੰ ਕਿਹਾ ਕਿ ਹੁਣ ਇਹਨੂੰ ਛੱਡ ਦਿਉ, ਅਤੇ ਇਹ ਕਹਿੰਦੇ ਇੱਥੇ ਰਹਿਣ ਦਿਉ ਬੈਠਾ, ਅਤੇ ਬਾਅਦ 'ਚ ਸਾਨੂੰ ਪਤਾ ਲੱਗਾ ਇਹਨੇ ਇਹਦੇ 'ਤੇ ਨਜਾਇਜ਼ ਹੀ ਕੋਈ ਗੱਲਬਾਤ ਨਹੀਂ, ਕੁਝ ਨਹੀਂ ਫੜਿਆ ਇਹਦੇ ਕੋਲੋਂ, ਜਾਂ ਤਾਂ ਫੜਿਆ ਹੋਵੇ, ਅਤੇ ਇਹਨੇ ਬਿਠਾ ਕੇ ਅਤੇ 110 ਨੰਬਰ ਦਾ ਕਲੰਦਰਾ ਕੱਟਤਾ ਵਾ ਅਤੇ ਇਹਨੂੰ ਇਹਨੇ ਬਹਾ ਲਿਆ। ਜੱਜਵੀਰ ਸਿੰਘ ਅਤੇ ਹੁਣ ਕੀ ਇਹਨੂੰ ਫੋਨ ਆਇਆ ਵਾ ਸਵੇਰੇ ਕਿ ਇੱਦਾਂ ਕਰਕੇ ਤੁਹਾਡਾ ਜਿਹੜਾ ਜੱਜਵੀਰ ਸਿੰਘ ਆ ਉਹ ਅੰਦਰ ਜੇਲ੍ਹ 'ਚ ਸੀਗਾ ਅਤੇ ਉਹਨੂੰ ਮਤਲਬ ਕਿ ਉਹਦੀ ਉਹ ਡੈਥ ਹੋ ਗਈ ਆ। ਸਾਨੂੰ ਅੰਦਰੋਂ ਜੇਲ੍ਹ 'ਚੋਂ ਆਇਆ ਸੀਗਾ ਫੋਨ, ਸਾਨੂੰ ਮੁੰਡਿਆਂ ਨੇ ਫੋਨ ਕੀਤਾ, ਸਾਨੂੰ ਪੁਲਿਸ ਨੇ ਤਾਂ ਫੋਨ ਹੀ ਨਹੀਂ ਕੀਤਾ, ਸਾਨੂੰ ਮੁੰਡਿਆਂ ਨੇ ਪਹਿਲਾਂ ਹੀ ਦੱਸਤਾ ਕਿ ਇੱਦਾਂ ਕਰਕੇ ਤੁਹਾਡਾ ਜਿਹੜਾ ਬੰਦਾ ਵਾ ਉਹ ਡੈਡ ਹੋ ਗਿਆ ਵਾ। ਉਹ ਤੋਂ ਅੱਧੇ ਘੰਟੇ ਬਾਅਦ ਸਾਨੂੰ ਫੋਨ ਆਇਆ ਮੁਲਾਜ਼ਮਾਂ ਦਾ ਕਿ ਤੁਹਾਡਾ ਇੱਦਾਂ ਕਰਕੇ ਬੰਦਾ ਅਸੀਂ ਲਿਆਂਦਾ ਵਾ, ਉਹ ਸੀਰੀਅਸ ਆ ਅਤੇ ਅਸੀਂ ਇੱਥੇ ਦਾਖਲ ਕਰਾ ਦਿੱਤਾ ਵਾ। ਅਤੇ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਅਤੇ ਫਿਰ ਉਹਨਾਂ ਨੇ ਕਿਹਾ ਕਿ ਉਹ ਡੈਡ ਹੋ ਗਿਆ ਵਾ, ਪਰ ਡੈਡ ਉਹ ਪਹਿਲਾਂ ਹੀ ਹੋ ਗਿਆ ਸੀ, ਸਾਨੂੰ ਅੰਦਰੋਂ ਪਹਿਲਾਂ ਹੀ ਮੁੰਡਿਆਂ ਨੇ ਦੱਸਤਾ ਜਿਹੜੇ ਅੰਦਰ ਰਹਿੰਦੇ ਸੀ, ਉਹਦੇ ਨਾਲ ਸਾਨੂੰ ਫੋਨ ਆਇਆ ਚੇਚਾ। ਕਿਸ ਤਰ੍ਹਾਂ ਹੋਇਆ ਡੈਡ? ਸਾਨੂੰ ਕੁਝ ਦੱਸਦੇ ਨਹੀਂ ਪਏ, ਉਹ ਮੁਲਾਜ਼ਮ ਹੈ ਹੀ ਨਹੀਂ ਇੱਥੇ, ਮੁਲਾਜ਼ਮ ਉਦੋਂ ਦੇ ਚਲ ਗਏ ਇੱਥੋਂ ਛੱਡ ਗਏ ਇਹਨੂੰ। ਕੀ ਮੰਗ ਕਰਦੇ ਪਰਿਵਾਰ? ਅਸੀਂ ਇਹੋ ਮੰਗ ਕਰਦੇ ਹਾਂ ਕਿ ਸਾਨੂੰ ਦੱਸੋ ਸਹੀ ਕੀ ਚੱਕਰ ਬਣਿਆ, ਕਿੱਦਾਂ ਇਹ ਡੈਡ ਹੋਇਆ, ਕਿਉਂਕਿ ਨਾ ਤਾਂ ਕੁਝ ਖਾਂਦਾ ਪੀਂਦਾ ਸੀਗਾ, ਹਾਲੇ ਕੱਲ੍ਹ ਚੰਗੀ ਭਲੀ ਇਹਦੇ ਨਾਲ ਸਾਡੀ ਗੱਲ ਹੋਈ ਆ ਫੋਨ 'ਤੇ, ਅੰਦਰੋਂ ਗੱਲ ਵੀ ਕੀਤੀ, ਕਹਿੰਦਾ ਮੈਂ ਚੰਗਾ ਭਲਾ ਹਾਂ। ਸਾਨੂੰ ਇਨਸਾਫ ਚਾਹੀਦਾ ਕਿ ਸਾਡਾ ਬੰਦਾ ਕਿੱਦਾਂ ਪੂਰਾ ਹੋਇਆ, ਜਦੋਂ ਖਾਂਦਾ ਪੀਂਦਾ ਹੀ ਕੱਖ ਨਹੀਂ, ਨਸ਼ਾ ਨਹੀਂ ਕਰਦਾ, ਤਾਂ ਪੂਰਾ ਕਿੱਦਾਂ ਹੋ ਗਿਆ? ਠੀਕ ਹੈ ਜੀ। ਸਾਡੇ ਕੋਲ ਨਾ ਹਵਾਲਾ ਕਿ ਜਗਜੀਤ ਸਿੰਘ 16 ਤਰੀਕ ਨੂੰ ਆਇਆ ਸੀ, ਸਵੇਰੇ ਸਵੇਰੇ ਇਤਲਾਹ ਮਿਲੀ ਸੀ ਕਿ ਉਹਦੀ ਸੀਰੀਅਸ ਹੋ ਗਿਆ, ਉਹਨੂੰ ਲੈ ਕੇ ਆਇਆ ਤਾਂ ਫਸਟ ਏਡ ਤੋਂ ਆਏ ਇੱਥੇ ਹੋਸਪਿਟਲ ਲੈ ਕੇ ਆਏ, ਪਤਾ ਲੱਗਿਆ ਵੀ ਅਤੇ ਡੈਡ ਹੋ ਗਿਆ। ਕਿਸ ਤਰ੍ਹਾਂ ਡੈਡ ਹੋ ਗਿਆ? ਮਤਲਬ ਕਿ ਬਿਮਾਰ ਸੀ,
ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਦੀ ਵੱਲੋਂ ਜੇਲ੍ਹ ਵਿੱਚ ਖੁਦਕੁਸ਼ੀ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਲਿਆਇਆ ਗਿਆ ਸੀ।